ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼ਕਾਲ ਤੇ ਜੈਸਾਂ ਜੀ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ YouTube ਚੈਨਲ ਦੇ ਉੱਤੇ ਇਹ ਜਿਹੜੀ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਥੰਬਨੇਲ ਤਾਂ ਤੁਸੀਂ ਦੇਖ ਹੀ ਲਿਆ ਗੱਲ ਹੈ ਵੀ ਪੁਰਾਣੀ ਆ ਪਰ ਮੈਂ ਇੱਕ ਵਾਰ ਦੁਬਾਰਾ ਸ਼ੇਅਰ ਤਾਂ ਕਰੂੰਗਾ ਕਿਉਂਕਿ ਜਿਹੜੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਮੈਨੂੰ ਬੜੀ ਮੁਸ਼ਕਲ ਨਾਲ ਮਿਲੀ ਆ ਜਾਂ ਹੋ ਸਕਦਾ ਤੁਸੀਂ ਦੇਖੀ ਹੋਵੇ ਮੈਂ ਹੁਣ ਦੇਖੀ ਆ ਅਡਰੈਸ ਇਟ ਕਰਕੇ ਇੱਕ ਚੈਨਲ ਆ ਉਸ ਚੈਨਲ ਦੇ ਜਿਹੜੇ ਐਂਕਰ ਨੇ ਬਾਈ ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ ਨਕੋਦਰ ਦਰਬਾਰ ਜਾ ਕੇ ਆਏ ਨੇ ਜਿੰਨੀ ਦਰਬਾਰ ਦੀ ਸੰਗਤ ਆ ਉਹਨਾਂ ਨੇ ਸੰਗਤ ਤੋਂ ਸਵਾਲ ਕੀਤੇ ਨੇ ਤੇ ਉਹ ਸਾਰੀ ਸੰਗਤ ਨੇ ਆਪਣੇ ਆਪਣੇ ਜਵਾਬ ਦਿੱਤੇ ਨੇ ਇਹ ਜਵਾਬ ਉਹਨਾਂ ਲਈ ਨੇ ਜਿਹੜੇ ਲੋਕ ਇਹ ਕਹਿੰਦੇ ਆ ਰਹੇ ਨੇ ਸ਼ੁਰੂ ਤੋਂ ਕਿ ਨਕੋਦਰ ਦਰਬਾਰ ਜਿਹੜਾ ਵੀ ਜਾਂਦਾ ਉਹ ਨਸ਼ਾ ਕਰਦਾ ਆ ਇਹ ਇਹਨਾਂ ਨੂੰ ਉੱਧਰ ਦਰਬਾਰ ਨਸ਼ੇ ਤੇ ਲਾਉਂਦੇ ਨੇ ਸਾਈਂ ਜੀ ਸੀ ਸਾਈਂ ਜੀ ਦਾ ਨਸ਼ੇ ਤੇ ਲਾਉਂਦੇ ਸੀ ਜਿਨ੍ਹਾਂ ਦੀ ਸੋਚ ਇਦਾਂ ਦੀ ਆ ਉਹਨਾਂ ਵਾਸਤੇ ਆ ਤੁਸੀਂ ਵੀਡੀਓ ਦੇਖੋ ਉਹਨਾਂ ਦੀਆਂ ਗੱਲਾਂ ਸੁਣੋ ਕਿੱਦਾਂ ਦਾ ਲੱਗਦਾ ਇੱਥੇ ਆ ਗਿਆ ਬਹੁਤ ਵਧੀਆ ਰੱਬ ਦਾ ਕਰ ਕੋਈ ਵੀ ਸਾਰੇ ਵਧੀਆ ਹੀ ਆ ਲੋਕ ਕਹਿੰਦੇ ਹੈਗੇ ਇੱਥੇ ਮੂੰਹ ਮੰਗੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੀਂਦ ਸਾਫ਼ ਬਿਲਕੁਲ ਬਹੁਤ ਵਧੀਆ ਜਿੰਦਗੀ ਚ ਇਹੋ ਜੇ ਤੁਸੀਂ ਦੇਖੇ ਤੇ 100% ਸੱਚ ਕਿੰਨੇ ਟਾਈਮ ਤੋਂ ਜੁੜੇ ਹੋਏ ਹੋ ਇੱਥੇ ਮੈਨੂੰ ਤਾਂ ਪੁੱਤ ਘਟੋ ਘਟ ਮੇਰੀ 8 ਸਾਲ ਦੀ ਉਮਰ ਤੇ ਅਜ ਹੁਣ 9 ਸਾਲਾਂ ਦੀ ਉਮਰ ਹੋ ਗਈ ਸਰਕਾਰਾਂ ਦੇ ਨਾਲ ਜੁੜੇ ਹੋਏ ਨੇ ਦਾਤਾ ਜੀ ਦੀ ਕਿਰਪਾ ਨਾਲ ਬਹੁਤ ਕੁਛ ਦਿੱਤਾ ਪੀਰ ਪਾਸ਼ਾ ਨੇ ਲੋਕ ਕਹਿੰਦੇ ਹੈਗੇ ਸਾਈਂ ਜੀ ਤੋਂ ਕੁਝ ਵੀ ਮੰਗੋ ਪੂਰਾ ਕਰ ਦਿੰਦੇ ਆ ਬਿਲਕੁਲ ਜੀ ਬਿਲਕੁਲ ਮੰਗ ਬਾਅਦ ਚ ਮੰਗ ਬਾਅਦ ਚ ਮੰਗੀ ਦੀ ਆ ਪੂਰੀ ਪਹਿਲਾਂ ਕਰਦੇ ਆ ਇੰਨਾ ਕੁ ਯਕੀਨ ਆ ਸਰਕਾਰਾਂ ਤੇ ਦਾਦਾ ਕੀ ਕੁਝ ਪੂਰਾ ਹੋਇਆ ਮੇਰਾ ਦਾਤਾ ਜੀ ਨੇ ਹਰ ਇੱਕ ਮੇਰੇ ਮਨ ਦੀ ਮਰਦ ਪੂਰੀ ਕੀਤੀ ਆ ਮੇਰੀ ਭੈਣ ਸਿਸਟਰ ਬਾਹਰ ਨਹੀਂ ਜਾਂਦੀ ਸੀ ਸਰਕਾਰਾਂ ਤੋਂ ਅਰਦਾਸ ਫਰਿਆਦ ਕੀਤੀ ਤਹਿਮਤ ਚੜਾਇਆ ਦਾਤਾ ਜੀ ਦਾ ਤੇ ਮਾਲਕ ਦੀ ਕਿਰਪਾ ਨਾਲ ਅੱਜ ਕੁੜੀ ਭੈਣ ਮੇਰੀ ਇੰਗਲੈਂਡ ਬੈਠੀ ਆ ਇੰਗਲੈਂਡ ਬੈਠੀ ਹੋਇਆ ਜਾਂਦਾ ਕਦੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਫਸਿਆ ਹੋਵੇ ਅੜਿਆ ਹੋਵੇ ਪੂਰਾ ਬਿਲਕੁਲ ਕੱਢਿਆ ਜੀ ਸਹੀ ਨਹੀਂ ਕੱਢਿਆ ਐ ਤੱਕ ਪਹੁੰਚਿਆ ਸਾਡਾ ਬਹੁਤ ਲੰਬਾ ਸਫਰ ਹੈ ਸਹੀ ਜੀ ਨਹੀਂ ਪੂਰਾ ਕੀਤਾ ਮਾਤਾ ਜੀ ਕਦੋਂ ਤੋਂ ਆ ਰਹੇ ਤੁਸੀਂ ਇੱਥੇ ਫਤਹਾ ਦੇ ਕੇ ਉਹ ਕਿੰਨੇ ਸਾਲ ਹੋ ਗਏ 5-6 ਸਾਲ ਕਿ ਲੋਕ ਕਹਿੰਦੇ ਹੈਗੇ ਅਲੱਗ-ਅਲੱਗ ਤਰ੍ਹਾਂ ਦੀਆਂ ਲੋਕਾਂ ਦੀਆਂ ਗੱਲਾਂ ਹੈਗੀਆਂ ਨੇ ਲੋਕ ਕਈ ਲੋਕ ਨਹੀਂ ਮੰਨਦੇ ਕਈ ਮੰਨਦੇ ਜਿਵੇਂ ਤੁਸੀਂ ਮੰਨਦੇ ਹੋ ਜਿਹੜੇ ਨਹੀਂ ਮੰਨਦੇ ਉਹਨਾਂ ਲਈ ਕੀ ਕਹੋਗੇ ਉਹਨਾਂ ਦੀ ਮਨਸ਼ਾ ਹੈ ਆਪਾਂ ਕਿਸੇ ਨੂੰ ਨਾ ਕੁਝ ਕਹਿ ਨਹੀਂ ਸਕਦੇ ਇਹੋ ਜਿਹਾ ਕੀ ਹੈ ਇੱਥੇ ਹਰ ਵੀਰਵਾਰ ਤੁਹਾਨੂੰ ਇੱਥੇ ਖਿੱਚ ਪੈਂਦੀ ਹੈ ਕਿ ਤੁਸੀਂ ਇੱਥੇ ਆਏ ਸਰਦਾ ਜੀ ਸਰਦਾ ਸਰਦਾ ਤੇ ਇੱਕ ਸਕੂਨ ਮਿਲਦਾ ਇੱਥੇ ਆ ਕੇ ਬਈ ਸਕੂਨ ਹਾਂ ਜੀ ਬੜੀ ਮਨੋ ਕਾਮਨਾ ਪੂਰੀ ਹੋਈ ਹੈ ਇੱਥੇ ਪੂਰੀਆਂ ਹੋਈਆਂ ਜੀ ਹਾਂ ਜੀ ਕਿਵੇਂ ਕੀ ਕੀ ਕੁਝ ਪੂਰਾ ਹੋਇਆ ਕਿਹੜਾ ਕੰਮ ਇਹੋ ਜਿਹਾ ਅੜਿਆ ਫਸਿਆ ਹੋਇਆ ਸੀਗਾ ਠੀਕ ਹੈ ਤੇ ਹੁਣ ਜਾ ਕੇ ਤੇ ਅੱਗੇ ਫਿਰ ਦੇਖੋ ਕਦੋਂ ਦਰਸ਼ ਉਹਦੋਂ ਸ੍ਰੀ ਹਰਮੰਦਰ ਸਾਹਿਬ ਤੋਂ ਮੱਥਾ ਟੇਕਿਆ ਤੇ ਹੁਣ ਇੱਥੇ ਮੱਥਾ ਟੇਕਣਾ ਹਾਂਜੀ ਤੁਸੀਂ ਆ ਸਾਰਿਆਂ ਲੋਕਾਂ ਦੀਆਂ ਗੱਲਾਂ ਸੁਣੀਆਂ ਨਾ ਹੁਣ ਤੁਸੀਂ ਇਹ ਦੱਸੋ ਕੀ ਤੁਹਾਨੂੰ ਲੱਗਦਾ ਕਿ ਇਹ ਜਿੰਨੇ ਲੋਕ ਦਰਬਾਰ ਆਉਣ ਵਾਲੇ ਤੁਸੀਂ ਦੇਖੇ ਨੇ ਇਹ ਨਸ਼ਾ ਕਰਦੇ ਨੇ ਜਾਂ ਇਹਨਾਂ ਨੂੰ ਸਾਈਂ ਜੀ ਦੇ ਨਸ਼ੇ ਤੇ ਲਾਤਾ ਵੀ ਆ ਲੋ ਫੜੋ ਨਸ਼ਾ ਕਰੋ ਨਹੀਂ ਇਨਾਂ ਸਾਰਿਆਂ ਦੀਆਂ ਗੱਲਾਂ ਤੁਸੀਂ ਸੁਣੀਆਂ ਨੇ ਸਭ ਨੇ ਇਹੀ ਕਿਹਾ ਆ ਕਿ ਸਾਨੂੰ ਸائیں ਲਾਡੀ ਸ਼ਾ ਸਰਕਾਰ ਨੇ ਹੀ ਸਭ ਕੁਝ ਦਿੱਤਾ ਆ ਇੱਥੋਂ ਹੀ ਸਾਨੂੰ ਸਭ ਕੁਝ ਮਿਲੇ ਆ ਤਾਂ ਅਸੀਂ ਆਉਨੇ ਆ ਨਸ਼ੇ ਤੇ ਲੱਗੇ ਨੇ ਸਿਰਫ ਸائیں ਜੀ ਦੇ ਨਾਮ ਦੇ ਨਸ਼ੇ ਤੇ ਹੋਰ ਕੋਈ ਨਸ਼ਾ ਨਹੀਂ ਬਾਕੀ ਜਿਹੜਾ ਬੀੜੀਆਂ ਸਿਗਰਟਾਂ ਦਾ ਨਸ਼ਾ ਆ ਉਹ ਅੱਜ ਕੱਲ ਦੇ ਮੁੰਡਿਆਂ ਨੇ ਇੱਕ ਟ੍ਰੈਂਡ ਬਣਾ ਲਿਆ ਹੋਇਆ ਇਦਾਂ ਦਾ ਕੁਝ ਵੀ ਨਹੀਂ ਹੈਗਾ ਜੀ ਤੁਸੀਂ ਇਹ ਸੋਚਦੇ ਹੋ ਕਿ ਦਰਬਾਰ ਜਾਣ ਵਾਲਾ ਹਰ ਇੱਕ ਬੰਦਾ ਨਸ਼ਾ ਕਰਦਾ ਹੋਊਗਾ ਨਾ ਐਦਾਂ ਦਾ ਕੁਝ ਵੀ ਨਹੀਂ ਹੈਗਾ ਸੋ ਮੈਂ ਬਹੁਤ ਸਾਰਾ ਧੰਨਵਾਦ ਕਰਦਾ ਐਡਰੈਸ 8 ਵਾਲਿਆਂ ਦਾ ਇਹ ਬਾਈ ਦਾ ਮੈਨੂੰ ਨਾਮ ਨਹੀਂ ਪਤਾ ਪਰ ਮੇਰੇ ਵੱਲੋਂ ਬਹੁਤ ਸਾਰਾ ਧੰਨਵਾਦ ਆ ਕਿ ਤੁਸੀਂ ਦਰਬਾਰ ਗਏ ਲੋਕਾਂ ਤੋਂ ਉਹਨਾਂ ਦੀਆਂ ਦਿਲ ਦੀਆਂ ਗੱਲਾਂ ਪੁੱਛੀਆਂ ਮੈਨੂੰ ਬੜਾ ਚੰਗਾ ਲੱਗਿਆ ਸਾਇਨ ਜੀ ਤੁਹਾਨੂੰ ਬਹੁਤ ਸਾਰੀਆਂ ਤਰਕੀਆਂ ਦੇਣ ਸੋ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੀ ਆਪਣੀ ਰਾਏ ਕਮੈਂਟਸ ਵਿੱਚ ਜ਼ਰੂਰ ਦਿਓ ਜੈ ਸائیں ਜੀ